ਸਸ਼ੀਗਲ ਜੀ ਨਵੀਂ ਅਪਡੇਟ ਲੈ ਕੇ ਹਾਜ਼ਰ ਹਾਂ ਡੇਲੀ ਪੋਸਟ ਦੇ ਉੱਤੇ ਸੋ ਬਿਲਕੁਲ ਪੰਜਾਬ ਦੇ ਵਿੱਚ ਜਿਹੜੇ ਮਾਮਲੇ ਨੇ ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਜਾ ਰਹੇ ਨੇ ਤੇ ਅੱਜ ਵੀ ਕਿੰਨੇ ਕੇਸ ਜਿਹੜੇ ਨੇ ਸਾਹਮਣੇ ਆ ਚੁੱਕੇ ਨੇ ਸੋ ਜੇ ਗੱਲ ਕਰੀਏ ਡੇਰਾ ਬਸੀ ਦੀ ਤਾਂ 7 ਕੇਸ ਹੋਰ ਨਵੇਂ ਸਾਹਮਣੇ ਆਏ ਨੇ ਮਾਨਸਾ ਤੋਂ ਦੋ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਜੇ ਗੱਲ ਕਰੀਏ ਮੋਗਾ ਦੀ ਤਾਂ ਉੱਥੋਂ ਵੀ ਇੱਕ ਹੋਰ ਮਾਮਲਾ ਜਿਹੜਾ ਸਾਹਮਣੇ ਆ ਚੁੱਕਾ ਹੈ ਸੋ ਰਵਿੰਦਰ ਲਗਾਤਾਰ ਇਹ ਮਾਮਲੇ ਵਧ ਰਹੇ ਨੇ ਸੁਰਥੇਸ ਸਾਹਮਣੇ ਆਇਆ ਕਿ ਜਿਹੜਾ ਡੇਰਾ ਬਸੀ ਦੇ ਵਿੱਚ ਇੱਕ ਪੰਚ ਜਿਹੜਾ ਸਭ ਤੋਂ ਪਹਿਲੇ ਪੋਜ਼ਿ ਚਾਹੇ ਦੇ ਮੈਂਬਰ ਉਹਨਾਂ ਦੇ ਪਰਿਵਾਰ ਜਿਹੜੇ ਨੇ ਉਹ ਸਾਰੇ ਪੋਜ਼ਿਟਿਵ ਆਏ ਗਏ ਨੇ ਸੋ ਸੰਪਰਕ ਵਿੱਚ ਆਉਣ ਵਾਲੇ ਜ਼ਿਆਦਾ ਫੈਲ ਰਹੇ ਇਹ ਤਾਂ ਗੱਲ ਜ਼ਾਹਰ ਹੈ ਪਰ ਹੁਣ ਇਹ ਜਿਹੜੇ ਬਾਕੀ 7 ਲੋਕ ਨੇ ਉਹ ਕਿੰਨਿਆਂ ਨੂੰ ਮਿਲੇ ਹੋਣਗੇ ਵੱਡਾ ਜਿਹੜਾ ਇੱਥੇ ਅਸੀਂ ਕਹਿ ਸਕਦੇ ਚਿੰਤਾ ਦਾ ਵਿਸ਼ਾ ਹੈ ਜੀ ਮਾਨਪ੍ਰੀਤ ਬਿਲਕੁਲ ਆ ਜੋ ਮੋਹਾੜੀ ਦੇ ਵਿੱਚ ਅੱਜ ਦੇ ਟੋਟਲ ਕੇਸ ਹੋ ਚੁੱਕੇ ਨੇ ਅੱਜ ਤੱਕ 26 ਹੋ ਚੁੱਕੇ ਨੇ ਜਿਹੜੇ ਕਿ ਡੇਰਾ ਬੱਸੀ ਦੇ ਇਸੇ ਪਿੰਡ ਦੇ 7 ਮਰੀਜ਼ ਸਾਹਮਣੇ ਆਏ ਨੇ ਪੰਚ ਸੀਮਲ ਕੀਤ ਸਿੰਘ ਪਹਿਲਾਂ ਉਹਨਾਂ ਨੂੰ ਵਾਇਰਸ ਹੋਇਆ ਸੀ ਇਹ ਉਸ ਤੋਂ ਬਾਅਦ ਸਰਪੰਚ ਨੂੰ ਮਿਲੇ ਪਿੰਡ ਦੇ ਸਰਪੰਚ ਦੀ ਪਤਨੀ ਨੂੰ ਹੋਇ ਪੰਜ ਪੰਜ ਦੇ ਪੂਰੇ ਪਰਿਵਾਰ ਦੇ ਜੀ ਨੇ ਉਹਨਾਂ ਨੂੰ ਹੋਇਆ तकरीबन ਟੋਟਲ 7 ਬੰਦੇ ਨੇ ਜੋ ਇਸੇ ਪਿੰਡ ਦੇ ਮਰੀਜ਼ ਪੋਜ਼ਿਟਿਵ ਨੇ ਗੱਲ ਕਰੀਏ ਕਿ ਵੀ ਹਾਲਾਂਕਿ ਚੰਡੀਗੜ੍ਹ ਤੋਂ ਚੰਗੀ ਖਬਰ ਵੀ ਸਾਹਮਣੇ ਆਈ ਹੈ ਪੰਜ ਪਿਛਲੇ ਬੀਤੇ ਦਿਨੀ ਠੀਕ ਹੋਏ ਸੀਗੇ ਦੋ ਹੋਰ ਹੋਏ ਨੇ ਸੱਤ ਲੋਕ ਸਿਹਤਯਾਬ ਜ਼ਰੂਰ ਹੋਏ ਨੇ ਪਰ ਮਾਮਲੇ ਨੇ ਉਹ ਲਗਾਤਾਰ ਤੇਜ਼ੀ ਨਾਲ ਵਧ ਰਹੇ ਨੇ ਬੁਹਾਰੀ ਦੇ ਨਾਲ ਨਾਲ ਹੁਣ ਫਰੀਦਕੋਟ ਤੋਂ ਵੀ ਚੰਗੀ ਖਬਰ ਇੱਕ ਆਈ ਸੀ ਕਿ ਵੀ ਉੱਥੋਂ ਵੀ ਰਿਪੋਰਟਾਂ 네ਗੇਟਿਵ ਆ ਰਹੀਆਂ ਨੇ ਪਰ ਮਾਂਸਾ ਦੋ ਤੋਂ ਮਾਮਲੇ ਪੋਜ਼ੀਟਿਵ ਸਾਹਮਣੇ ਆਏ ਨੇ ਮੋਗਾ ਤੋਂ ਇੱਕ ਪੋਜ਼ੀਟਿਵ ਮਾਮਲਾ ਸਾਹਮਣੇ ਆਇਆ ਹੈ ਬਿਲਕੁਲ ਜਿਹੜਾ ਅਸੀਂ ਜੇ ਮਾਨਸਾ ਦੀ ਗੱਲ ਕਰੀਏ ਤਾਂ ਮਾਨਸਾ ਦੇ ਵਿੱਚ ਦੋ ਦੋ ਮਹਿਲਾਵਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਕਰੋਨਾ ਵਾਇਰਸ ਦੀ ਪੁਸ਼ਟੀ ਹੋਈ ਆ ਤਾਂ ਇੱਥੇ ਗੱਲ ਇਹ ਹੈ ਕਿ ਇਹ ਵੀ ਤਬਲੀਗੀ ਜਮਾਤ ਦੇ ਵਿੱਚ ਸ਼ਾਮਲ ਹੋ ਲਈ ਗਈਆਂ ਸਨ ਉੱਥੋਂ ਵਾਪਸ ਆਈਆਂ ਸਨ ਇੱਥੇ ਇੱਕ ਵੱਡਾ ਸਵਾਲ ਜਿਹੜਾ ਰਵਿੰਦਰ ਇਹ ਹੁੰਦਾ ਹੈ ਕਿ ਜੋ ਤਬਲੀਗੀ ਜਮਾਤ ਚ ਸ਼ਿਰਕਤ ਕਰਨ ਤੋਂ ਬਾਅਦ ਵਾਪਸ ਪਹੁੰਚਦੇ ਨੇ ਕਿਉਂ ਪ੍ਰਸ਼ਾਸਨ ਪਹਿਲੇ ਉਹਨਾਂ ਤੇ ਧਿਆਨ ਨਹੀਂ ਰੱਖਦਾ ਜਦੋਂ ਉਹ ਲੋਕਾਂ ਦੇ ਸੰਪਰਕ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਉਹਨਾਂ ਇਸ ਨੂੰ ਲਿਆ ਜਾਏ ਪਹਿਲੇ ਹੀ ਉਹਨਾਂ ਨੂੰ ਆਈਸੋਲੇਟ ਕੀਤਾ ਜਾਏ ਤਾਂ ਹੋਰ ਸੰਪਰਕ ਵਿੱਚ ਨਹੀਂ ਆਣੇ ਸੀ ਲੋਕ ਬਿਲਕੁਲ ਮਾਨਵਤ ਹੁਣ ਤਕਰੀਬਨ ਜੋ ਇਹ ਮਾਮਲੇ ਵਧ ਰਹੇ ਨੇ ਇੱਕ ਕਮਿਊਨਿਟੀ ਸਪਰੈਡ ਹੋ ਰਿਹਾ ਹੁਣ ਇਹ ਲੋਕ ਜਿਹੜੇ ਮੁੰਬਈ ਚ ਦੇਖਿਆ ਜਾਵੇ ਇਸ ਵੇਲੇ ਸਭ ਤੋਂ ਬੁਰਾ ਹਾਲ ਹੈ ਪੂਰੇ ਇੰਡੀਆ ਦੇ ਵਿੱਚ ਦੇਖਿਆ ਜਾਵੇ ਮੁੰਬਈ ਫਿਰ ਕੇਰਲ ਹੈ ਸਭ ਤੋਂ ਵੱਡੇ ਆ ਤੇ ਜਿਹੜੇ ਲੋਕ ਆ ਵੀ ਰਹੇ ਨੇ ਇਹ ਹੈ ਵੀ ਇਹਨਾਂ ਵਿੱਚ ਜ਼ਿਆਤਰ ਮੁੰਬਈ ਦੇ ਲੋਕ ਨੇ ਹੁਣ ਜਿਹੜਾ ਨਵਾਂ ਮਾਮਲਾ ਸਾਹਮਣੇ ਆਇਆ ਮੋਗੇ ਤੋਂ ਉਨ੍ਹਾਂ ਵਿੱਚੋਂ ਜਿਹੜਾ ਮਰੀਜ਼ ਮਿਲਿਆ ਉਹ ਵੀ ਮੁੰਬਈ ਤੋਂ ਆਇਆ ਮੁੰਬਈ ਦੇ ਅੰਦੇਰੀ ਇਲਾਕੇ ਤੋਂ ਆਇਆ ਉਹਨੂੰ ਪੋਜ਼ਿਟਿਵ ਰਿਪੋਰਟ ਮਿਲੀ ਹੈ ਨੌਜਵਾਨ ਹਾਲਕਿ 24-25 ਸਾਲ ਉਹਦੀ ਉਮਰ ਹੈ ਪਰ ਉਹ ਹੁਣ ਅੱਗੇ ਕਿੰਨੇ ਲੋਕਾਂ ਨੂੰ ਮਿਲਿਆ ਹੋਵੇਗਾ ਜਿਨ੍ਹਾਂ ਦੀ ਇਮਿਊਨਿਟੀ ਸਟਰੋਂਗ ਹੈ ਉਹ ਤਾਂ ਬਚ ਰਹੇ ਨੇ ਜੋ ਬਜ਼ੁਰਗਾਂ ਦੇ ਸੰਪਰਕ ਵਿੱਚ ਆਇਆ ਹੋਵੇਗਾ ਹੁਣ ਉਹਨਾਂ ਦੇ ਰਿਪੋਰਟਾਂ ਵੀ ਅੱਗੇ ਪ੍ਰਸ਼ਾਸਨ ਲੈ ਰਿਹਾ ਉਹਨਾਂ ਤੋਂ ਪਰ ਦੇਖਿਆ ਜਾਵੇ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ ਪ੍ਰਸ਼ਾਸਨ ਇਹਨਾਂ ਨੂੰ ਕਿਉਂ ਨਹੀਂ ਰੋਕ ਰਿਹਾ ਕਿਉਂਕਿ ਦਿੱਲੀ ਦੇ ਮਰਕਸ ਤੋਂ ਜੋ ਕੰਮ ਸ਼ੁਰੂ ਹੋਇਆ ਸੀ ਹੁਣ ਉਹ ਦਿੱਲੀ ਤੋਂ ਨਿਕਲ ਕੇ ਪੰਜਾਬ ਵੱਲ ਨੂੰ ਜ਼ਿਆਦਾ ਆ ਉਹਨਾਂ ਨੇ ਕਿਹਾ ਸੀਗਾ ਕਿ ਜੋ ਵੀ ਲੋਕ ਉੱਥੋਂ ਆਏ ਨੇ ਆਪਣੇ ਆਪ ਸਾਹਮਣੇ ਆ ਜਾਣੇ ਨਹੀਂ ਤਾਂ ਪੁਲਿਸ ਵੱਡਾ ਐਕਸ਼ਨ ਲਵੇਗੀ 2 ਦਿਨ ਤਾਂ ਉਹਨਾਂ ਨੇ ਟਾਈਮ ਦਿੱਤਾ ਸੀ ਉੱਥੇ ਟਾਈਮ ਪੂਰਾ ਹੋ ਰਿਹਾ ਪਰ ਪੰਜਾਬ ਇਹ ਕਦਮ ਕਿਉਂ ਨਹੀਂ ਚੁੱਕ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਕੋਈ ਮੁੰਬਈ ਵਾਲੇ ਨੂੰ ਦੇਖਿਆ ਜਾਇਆ ਜੋ ਮੁੰਬਈ ਤੋਂ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜੋ ਮੋਗਾ ਦੇ ਵਿੱਚ ਆਇਆ ਆਇਆ ਹੈ ਦਿੱਲੀ ਮਰਕਸ ਦੇ ਵਿੱਚ ਸ਼ਾਮਲ ਹੋਇਆ ਸੀ ਤੁਸੀਂ ਦੇਖੋ ਕਿੰਨਾ ਟ੍ਰੈਵਲ ਕਰਕੇ ਉਹ ਇੱਥੇ ਪੰਜਾਬ ਦੇ ਵਿੱਚ ਪਹੁੰਚਿਆ ਤੇ ਹੁਣ ਜਿਨ੍ਹਾਂ ਦੇ ਸੰਪਰਕ ਵਿੱਚ ਆਇਆ ਹੋਵੇਗਾ ਜਿੱਥੇ ਜਿੱਥੇ ਉਹਨੇ ਟ੍ਰੈਵਲ ਕੀਤਾ ਹੋਵੇਗਾ ਕਿੰਨੇ ਹੋਰ ਲੋਕਾਂ ਨੂੰ ਜਿਹੜਾ ਇਹ ਖਤਰਾ ਪੈਦਾ ਹੋ ਸਕਦਾ ਬਿਲਕੁਲ ਦਿੱਲੀ ਤੋਂ ਨਿਕਲ ਕੇ ਆਣਾ ਹਰਿਆਣੇ ਦਾ ਸਾਰਾ ਜ਼ਿਲ੍ਹਾ ਨਿਕਲ ਕੇ ਆਉਂਦੇ ਆ ਲੋਕ ਉੱਥੇ ਰੁਕਦੇ ਨੇ ਕਿਤੇ ਚਾਹ ਪਾਣੀ ਜ਼ਰੂਰ ਪੀਂਦੇ ਨੇ ਉੱਥੇ ਵੀ ਰੁਕੇ ਹੋਣਗੇ ਕਿਸੇ ਢਾਬੇ ਤੇ ਉੱਤੋਂ ਵੀ ਅੱਗੇ ਤੋਂ ਅੱਗੇ ਨ ਇਹ ਅੱਜ ਸਵੇਰ ਦੀ ਰਿਪੋਰਟ ਹੈ ਜੋ ਹੁਣ 10-11 ਵਜੇ ਤੱਕ ਦਾ ਟਾਈਮ ਹੈ ਅੱਜ ਪੰਜਾਬ ਦੇ ਵਿੱਚ 10 ਮਾਮਲੇ ਸਾਹਮਣੇ ਆ ਚੁੱਕੇ ਨੇ ਹਜੇ 11 ਵਜੇ ਤੱਕ ਜੋ ਰਿਪੋਰਟਾਂ ਨੇ ਅਲੇ ਹੋਰ ਲੋਕਾਂ ਦੀ ਰਿਪੋਰਟਾਂ ਆਉਣਿਆ ਨੇ ਕਿਉਂਕਿ ਇਹ ਲੋਕ ਅੱਗੇ ਵੀ ਕਈ ਲੋਕਾਂ ਨੂੰ ਮਿਲੇ ਨੇ ਜਾਣਿਆ ਜਾ ਰਿਹਾ ਹੈ ਕਿ ਵੀ ਇਹਨਾਂ ਵਿੱਚੋਂ ਲੰਗਰ ਵੀ ਵਰਤਾਇਆ ਗਿਆ ਜੋ ਮਹਾਲੀ ਦੇ ਪਰਿਵਾਰ ਸੀ ਤੇ ਉਹਨਾਂ ਲੋਕਾਂ ਨੇ ਲੰਗਰ ਵੀ ਛਕੇ ਨੇ ਡਰ ਨਹੀਂ ਫਲਾਣਾ ਇੱਥੇ ਹੈਬ ਸਾਡਾ ਕੋਈ ਮਤਲਬ ਨਹੀਂ ਆ ਵੀ ਅਸੀਂ ਲੋਕਾਂ 'ਚ ਡਰ ਫਲਾ ਰਹੇ ਆ ਪਰ ਫਿਰ ਵੀ ਇੱਕ ਲੋਕਾਂ ਨੂੰ ਜਾਣਕਾਰੀ ਦੇਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਰਕਾਰ ਲੋਕਾਂ ਤੋਂ ਮਦਦ ਮੰਗ ਰਹੀ ਹੈ ਕਿ ਵੀ ਤੁਸੀਂ ਆਪ ਸਾਹਮਣੇ ਆਓ ਪਰ ਲੋਕ ਡਰ ਦੇ ਮਾਰੇ ਸਾਹਮਣੇ ਨਹੀਂ ਆ ਰਹੇ ਕਿਉਂਕਿ ਉਹ ਸਮਝ ਲੈਣੇ ਕਿ ਵੀ ਜੇ ਅਸੀਂ ਸਾਹਮਣੇ ਗਏ ਤਾਂ ਸਰਕਾਰ ਨੇ ਸਾਨੂੰ ਬੰਨ ਕੇ ਬਿਠਾ ਲੜ ਪਰ ਇਹਦਾ ਹੱਲ ਵੀ ਹੋ ਰਿਹਾ ਹੈ ਇਲਾਜ ਵੀ ਹੋ ਰਿਹਾ ਹੈ ਇਹਦਾ ਬਿਲਕੁਲ ਇੱਕ ਇੱਕ 81 ਸਾਲਾ ਬੇਬੇ ਵੀ ਦੱਸੀ ਗਈ ਹੈ ਜਿਹਨੂੰ ਸ਼ੂਗਰ ਵੀ ਸੀ ਬਲੱਡ ਪ੍ਰੈਸ਼ਰ ਵੀ ਹਾਈ ਸੀ ਪਰ ਫਿਰ ਵੀ ਕਰੋਨਾ ਪੀੜਤ ਹੋਣ ਦੇ ਬਾਵਜੂਦ ਉਹ ਸਿਹਤਯਾਬ ਹੋਈ ਹੈ ਉਸ ਨੂੰ ਛੁੱਟੀ ਵੀ ਮਿਲੀ ਹੈ ਰਿਪੋਰਟ ਵੀ ਨੈਗੇਟਿਵ ਆਈ ਹੈ ਸੋ ਇਹ ਨਹੀਂ ਹੈ ਕਿ ਕਰੋਨਾ ਦੇ ਨਾਲ ਲੜਿਆ ਨਹੀਂ ਜਾ ਸਕਦਾ ਲੜਿਆ ਜ਼ਰੂਰ ਜਾ ਸਕਦਾ ਹੈ ਸਾਵਧਾਨੀ ਵਰਤੋ ਤਾਂ ਬਿਲਕੁਲ ਇਸ ਦਾ ਜਿਹੜਾ ਇਲਾਜ ਹੋ ਸਕਦਾ ਹੈ ਪਰ ਇੱਥੇ ਵੱਡੀ ਗੱਲ ਇਹ ਆਉਂਦੀ ਕਿ ਲੋਕ ਜਿਹੜੇ ਸਹਿਮ ਦੇ ਵਿੱਚ ਹੁੰਦੇ ਨੇ ਉਹ ਸਾਹਮਣੇ ਨਹੀਂ ਆਉਂਦੇ ਨੇ ਹੁਣ ਕਿੰਨੇ ਲੋਕਾਂ ਦੇ ਸੰਪਰਕ ਵਿੱਚ ਕਈ ਲੋਕ ਆਉਂਦੇ ਨੇ ਜੋ ਕਰੋਨਾ ਪੀੜਤ ਨੇ ਪਰ ਬਾਵਜੂਦ ਇਸ ਦੇ ਲੋਕ ਆਪਣੇ ਆਪ ਨੂੰ ਛੁਪਾਉਂਦੇ ਨੇ ਜੇਕਰ ਉਹ ਸਾਹਮਣੇ ਆਣ ਸਮੇਂ ਸਿਰ ਆਪਣੀ ਜਾਂਚ ਕਰਵਾਣ ਸਮੇਂ ਸਿਰ ਉਹਨਾਂ ਨੂੰ ਇਲਾਜ ਮਿਲੇ ਮਹਾਮਾਰੀ ਦੇ ਨਾਲ ਲੜਿਆ ਜਾ ਸਕਦਾ ਆ ਸੋ ਜ਼ਿਆਦਾਤਰ ਜਿਹੜੇ ਮਾਮਲੇ ਸਾਹਮਣੇ ਆ ਰਹੇ ਨੇ ਉਹ ਤਬਲੀਗੀ ਜ਼ਮਾਤ ਨਾਲ ਜਿਹੜੇ ਸਬੰਧਨ ਸਨ ਉਹ ਆਏ ਸਨ ਪਰ ਇੱਥੇ ਇੱਕ ਏਵੀ ਹੋਰ ਸਵਾਲ ਖੜਾ ਹੁੰਦਾ ਰਵਿੰਦਰ ਕਿ ਜਿਸ ਤਰ੍ਹਾਂ ਦੇ ਨਾਲ ਡੇਰਾ ਬਸੀ ਦੀ ਗੱਲ ਕਰਦੇ ਪਏ ਪਿੰਡ ਜਵਾਹਰਪੁਰ ਦਾ ਪੰਚ ਸੀ ਜਿਸ ਨੂੰ ਸਭ ਤੋਂ ਪਹਿਲੇ ਕਰੋਨਾ ਦੀ ਪੁਸ਼ਟੀ ਹੋਈ ਸੀ ਉਸ ਨੂੰ ਕਿੱਥੋਂ ਉਹ ਸੰਪਰਕ ਵਿੱਚ ਆਇਆ ਸੀ ਇਹ ਹੁਣ ਤੱਕ ਜਿਹੜਾ ਸਾਫ਼ ਨਹੀਂ ਹੋ ਸਕਿਆ ਪਰ ਉਸ ਦੇ ਸੰਪਰਕ ਵਿੱਚ ਆਉਣ ਵਾਲੇ ਸੱਤ ਹੋਰ ਲੋਕ ਜਿਹੜੇ ਨੇ ਉਹ ਜ਼ਰੂਰ ਕੋਰੋਨਾ ਵਾਇਰਸ ਫੀਰੋ। ਪਰ ਮਾਨਪ੍ਰੇਤ ਹੁਣ ਜਿਹੜਾ ਮਾਹੌਲ ਚੱਲ ਰਿਹਾ ਹੈ ਵਾ ਲੋਕ ਹਾਲੇ ਵੀ ਬਾਜ਼ਾਰ ਜਾਣ ਤੋਂ ਨਹੀਂ ਹਟ ਰਹੇ ਲੋਕ ਉਹਨਾਂ ਨੂੰ ਜੇ ਪੰਚ ਨੇ ਸਰਪੰਚ ਨੇ ਪਿੰਡ ਦੇ ਲੋਕ ਉਹਨਾਂ ਨੂੰ ਜ਼ਰੂਰ ਮਿਲਣ ਆਉਂਦੇ ਨੇ ਕੋਈ ਨਾ ਕੋਈ ਫੈਸਲਾ ਕਰਵਾਣਾ ਹੁੰਦਾ ਕੋਈ ਕੰਮ ਹੁੰਦਾ ਪਰ ਲੋਕ ਵੀ ਬਾਜ਼ਾਰ ਜਾ ਰਹੇ ਨੇ ਸਬਜ਼ੀਆਂ ਖਰੀਦ ਰਹੇ ਨੇ ਰਾਸ਼ਨ ਏਟੀਐਮ ਤੱਕ ਜਾ ਰਹੇ ਨੇ ਦੱਸਿਆ ਕਿਤੇ ਵੀ ਆ ਕੋਈ ਮਰੀਜ਼ ਕਿਤੇ ਗਿਆ ਹੋਵੇ ਉਹਦੇ ਹੱਥ ਲੱਗੇ ਹੋਣ ਉਹਦੇ ਨਾਂ ਉੱਥੇ ਬਾਅਦ ਸੈਨੀਟਾਈਜ਼ ਹੋਇਆ ਹੋਵੇ ਦੇਖਿਆ ਜਾਂਦਾ ਹੈ ਏਟੀਐਮ ਦੀ ਮਸ਼ੀਨਾਂ ਨੇ ਉੱਥੇ ਕੋਈ ਮਰੀਜ਼ ਗਿਆ ਹੋਵੇ ਹੁਣ ਉਹਨਾਂ ਨੂੰ ਕੋਈ ਸੈਨੀਟਾਈਜ਼ ਨਹੀਂ ਕੀਤਾ ਹੁੰਦਾ ਕਿਉਂਕਿ ਉੱਥੇ ਕੋਈ ਸਿਕਿਉਰਿਟੀ ਗਾਰਡ ਵੀ ਨਹੀਂ ਹੁੰਦੇ ਉੱਥੋਂ ਵੀ ਇਹ ਬਿਮਾਰੀ ਫੈਲ ਸਕਦੀ ਹੈ ਇਹ ਕਮਿਊਨਿਟੀ ਸਪਰੈਡ ਹੀ ਹੈ ਇਸੇ ਕਰਕੇ ਕੁਝ ਕਹਿ ਨਹੀਂ ਸਕਦੇ ਕਿ ਵੀ ਉਹਨਾਂ ਨੂੰ ਮਿਲ ਕਿਸੇ ਨੂੰ ਮਿਲੇ ਨੇ ਉਹਨਾਂ ਨੂੰ ਜ਼ਰੂਰ ਖਤਰਾ ਹੈ ਉਹਨਾਂ ਦੇ ਟੈਸਟ ਹੋਣੇ ਬਹੁਤ ਜ਼ਰੂਰੀ ਨੇ ਪਰ ਚੰਗੀ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਜੇ ਗੱਲ ਕਰੀਏ ਫਰੀਦਕੋਟ ਤੋਂ ਆਪਾਂ ਗੱਲ ਕਰ ਰਹੇ ਆ ਤਾਂ ਉੱਥੋਂ 41 ਲੋਕਾਂ ਦੇ ਸੈਂਪਲ ਲਏ ਗਏ ਸਨ ਜਿਨ੍ਹਾਂ ਚੋਂ 38 ਦੀ ਰਿਪੋਰਟ ਨੈਗੇਟਿਵ ਆਈ ਹੈ ਚਰਚਾ ਦਾ ਵਿਸ਼ਾ ਸੀ ਕਿ ਇੱਕ ਵਿਅਕਤੀ ਸੀ ਉਹਨੂੰ ਪੋਜ਼ੀਟਿਵ ਸੀ ਕਰੋਨਾ ਉਹਦੀ ਵਾਈਫ ਤੇ ਬੇਟੇ ਦਾ ਵੀ ਸੈਂਪਲ ਲਿਆ ਗਿਆ ਸੀਗਾ ਉਹ ਵੀ ਇੱਕ ਚੰਗੀ ਖਬਰ ਆਈ ਹੈ ਕਿ ਉਹਨਾਂ ਦੀ ਰਿਪੋਰਟ ਵੀ ਨੈਗੇਟਿਵ ਆਈ ਹੈ ਹਾਲਾਂਕਿ ਡਰਨ ਦੀ ਲੋੜ ਨਹੀਂ ਹੈ ਲੋਕ ਅੱਗੇ ਆ ਰਹੇ ਨੇ ਟੈਸਟ ਹੋ ਰਹੇ ਨੇ ਨੈਗੇਟਿਵ ਵੀ ਆ ਰਹੀਆਂ ਨੇ ਰਿਪੋਰਟਾਂ ਪਰ ਜਿੱਥੇ ਪੋਜ਼ਿਟਿਵ ਮਾਮਲੇ ਆ ਰਹੇ ਨੇ ਉੱਥੇ ਇਤਿਹਾਤ ਵਰਤਣੀ ਬਹੁਤ ਜ਼ਰੂਰੀ ਹੈ ਜਿਵੇਂ ਹੁਣ ਮੁਹਾਲੀ ਦੀ ਗੱਲ ਹੈ ਡੇਹਰਾ ਬੱਸੀ ਦੀ ਗੱਲ ਹੈ ਇਹਦੇ ਨਾਲ ਲੱਗਦੇ ਦੋ ਪਿੰਡ ਸੀਲ ਕਰ ਦਿੱਤੇ ਗਏ ਨੇ ਪ੍ਰਸ਼ਾਸਨ ਹਾਲਾਂਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਬਣਦੇ ਜਾ ਰਹੇ ਨੇ ਆਪਣੇ ਪੱਧਰ ਤੇ ਪਿੰਡ ਸੀਲ ਕਰ ਰਹੇ ਨੇ ਕਿਸੇ ਨੂੰ ਆਉਣ ਨਹੀਂ ਦੇ ਰਹੇ ਜਾਣ ਨਹੀਂ ਦੇ ਰਹੇ ਮੰਤਰੀ ਵੀ ਰਾਸ਼ਨ ਲੈ ਕੇ ਜਾ ਰਹੇ ਹਨ ਉਹਨਾਂ ਨੂੰ ਸਰਹੱਦ ਤੇ ਰੋਕ ਕੇ ਉੱਥੇ ਹੀ ਰਾਸ਼ਨ ਲੈ ਲਿਆ ਜਾਂਦਾ ਹੈ ਉਹਨਾਂ ਤੋਂ ਹੀ ਪੁੱਛ ਪੜਤਾਲ ਹੋ ਰਹੀ ਹੈ ਲੋਕ ਸਮਝਦਾਰ ਹੋ ਰਹੇ ਨੇ ਲੋਕਾਂ ਦੇ ਅੰਦਰ ਡਰ ਪਿਆ ਹੋਇਆ ਕਿ ਵੀ ਕੋਰੋਨਾ ਅਖੀਰ ਹੈ ਕੀ ਹੈ ਜਾ ਤੱਕ ਡਰ ਨਹੀਂ ਨਿਕਲੇਗਾ ਲੋਕ ਆਪਣਾ ਇਲਾਜ ਕਰਵਾਉਣ ਲਈ ਅੱਗੇ ਨਹੀਂ ਆ ਰਹੇ ਬਿਲਕੁਲ ਇੱਥੇ ਇਹ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੂੰ ਜਿਹੜਾ ਸਹਿਯੋਗ ਦੇਣ ਲਈ ਕਿਹਾ ਜਾ ਰਿਹਾ ਸਿਰਫ ਸਹਿਯੋਗ ਇਹ ਨਹੀਂ ਹੈ ਕਿ ਜੋ ਕਰਫਿਊ ਲੱਗਾ ਹੈ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਘਰਾਂ ਦੇ ਅੰਦਰ ਰਹੁ ਬਲਕਿ ਇਹ ਵੀ ਹੈ ਕਿ ਜੇਕਰ ਕਿਸੇ ਵਿੱਚ ਲੱਛਣ ਪਾਏ ਜਾਂਦੇ ਨੇ ਖੁਦ ਹੀ ਜਿਹੜਾ ਆ ਉਹ ਬਾਕੀਆਂ ਤੋਂ ਦੂਰੀ ਬਣਾ ਕੇ ਰੱਖੇ ਇਹਦਣਾ ਨਹੀਂ ਹੈ ਕਿ ਬਾਕੀ ਲੋਕ ਜਿਹੜੇ ਨੇ ਉਹ ਐਟਲੀਸਟ ਸੁਰੱਖਿਅਤ ਹੋ ਸਕਦੇ ਨੇ ਦੂਜੀ ਗੱਲ ਜੇਕਰ ਕਿਸੇ ਨੂੰ ਵੀ ਇਹ ਹੈ ਕਿ ਉਹ ਕਿਸੇ ਕੋਰੋਨਾ ਵਾਇਰਸ ਜਿਹੜਾ ਪੀੜੇ ਸੀ ਉਹਦੇ ਸੰਪਰਕ ਵਿੱਚ ਹੈ ਤਾਂ ਖੁਦ ਹੀ ਆ ਕੇ ਸਹਿਯੋਗ ਦਵੇ ਸਿਹਤ ਵਿਭ ਦਾਵੇ ਜਾਂ ਦੂਜੇ ਲੋਕ ਜਿਹੜੇ ਨੇ ਉਹ ਵੀ ਸੰਪਰਕ ਕਰ ਸਕਦੇ ਨੇ ਜੇਕਰ ਉਹ ਵੀ ਸਮੇਂ ਸਿਰ ਹੀ ਜਿਹੜੀ ਜਾਣਕਾਰੀ ਦੇ ਦੇਣ ਜਾਂਚ ਕਰਵਾ ਲੈਣ ਤਾਂ ਇੱਕ ਵੱਡਾ ਜਿਹੜਾ ਸਪਰੈਡ ਹੈ ਜਿਹੜਾ ਹੋਰ ਇਹਦਾ ਫੈਲਾਅ ਹੋਣਾ ਉਹਨੂੰ ਸਮੇਂ ਸਿਰ ਰੋਕਿਆ ਜਾ ਸਕਦਾ ਸੋ ਲੋਕਾਂ ਦੇ ਸਹਿਯੋਗ ਦੀ ਇੱਥੇ ਬਹੁਤ ਜ਼ਿਆਦਾ ਜ਼ਰੂਰਤ ਹੈ ਤੇ ਜੇਕਰ ਅਸੀਂ ਗੱਲ ਕਰੀਏ ਕਿ ਜਿਹੜੇ 네ਗੇਟਿਵ ਆ ਰਹੇ ਨੇ ਕੇਸ ਵਾਕਈ ਹੀ ਇੱਥੇ ਕਈ ਅਜਿਹੇ ਮਾਮਲੇ ਵੀ ਸਾਹਮਣੇ ਆ ਚੁੱਕੇ ਨੇ ਕਿ ਰਿਪੋਰਟਾਂ ਭੇਜੇ ਜਾਂਦੇ ਨੇ ਸੈਂਪਲ ਭੇਜੇ ਜਾਂਦੇ ਨੇ ਤੇ ਕਾਫੀ ਲੋਕ 네ਗੇਟਿਵ ਵੀ ਪਾਏ ਜਾਂਦੇ ਨੇ ਸੋ ਕਾਰਨ ਇਹੀ ਹੁੰਦਾ ਕਿ ਉਹਨਾਂ ਵੱਲੋਂ ਡਿਸਟੈਂਸ ਜਿਹੜਾ ਸੋਸ਼ਲ ਡਿਸਟ ਦੇ ਉਹਨਾਂ ਵੱਲੋਂ ਬਣਾ ਕੇ ਰੱਖਿਆ ਜਾਂਦਾ ਹੈ ਇਸੇ ਕਰਕੇ ਉਹਨਾਂ ਦੀ ਰਿਪੋਰਟ 네ਗੇਟਿਵ ਵੀ ਆਂਦੀ ਹੈ ਸੋ ਜਿਹੜੇ ਕਰੋਨਾ ਪੀੜਤ ਨੇ ਉਨ੍ਹਾਂ ਦਾ ਇਲਾਜ ਵੀ ਹੋ ਰਿਹਾ ਹੈ ਸਮੇਂ ਸਿਰ ਉਹਨਾਂ ਨੂੰ ਆਈਸੋਲੇਟ ਕਰ ਦਿੱਤਾ ਜਾਂਦਾ ਸਿਹਤ ਯਾਬ ਹੋ ਕੇ ਘਰ ਵੀ ਪਰਤੇ ਨੇ ਚੰਡੀਗੜ੍ਹ ਦੇ ਵਿੱਚ ਇੱਕ ਸਭ ਤੋਂ ਪਹਿਲਾ ਕੇਸ ਜਿਹੜਾ ਆਇਆ ਸੀ ਜੋ ਲੜਕੀ ਪੋਜ਼ਿਟਿਵ ਪਾਈ ਗਈ ਸੀ ਬਿਲਕੁਲ ਉਹ ਵੀ ਠੀਕ ਹੋ ਚੁੱਕੀ ਹੈ ਉਹਦਾ ਜੋ ਬ੍ਰਦਰ ਦੱਸਿਆ ਜਾ ਰਿਹਾ ਸੀ ਉਹ ਵੀ ਪੋਜ਼ਿਟਿਵ ਪਾਇਆ ਗਿਆ ਸੀ ਦੋਨਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਆ ਸੋ ਲੋਕਾਂ ਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਕੋਰੋਨਾ ਤੋਂ ਡਰਨ ਦੀ ਲੋੜ ਨਹੀਂ ਇਹਦਾ ਇਲਾਜ ਸੰਭਵ ਹੈ ਲੋਕਾਂ ਨੂੰ ਇਸ ਚੀਜ਼ ਦੀ ਬਹੁਤ ਅਜੇ ਜ਼ਰੂਰਤ ਹੈ ਦੱਸਣ ਦੀ ਕਿ ਵੀ ਕਿਵੇਂ ਆਪਣੇ ਆਪ ਨੂੰ ਬਚਾ ਸਕਦੇ ਆ ਮੂੰਹ ਕਵਰ ਕਰਨਾ ਹੱਥ ਕਵਰ ਕਰਨੇ ਸੈਨੀਟਾਈਜ਼ ਕਰਨਾ ਹੱਥਾਂ ਨੂੰ ਨਹੀਂ ਮਿਲ ਰਹੇ ਤਾਂ ਸਾਬਨ ਨਾਲ ਉਹਨੂੰ ਵਾਰ-ਵਾਰ ਅਸੀਂ ਹੱਥ ਧੋ ਸਕਦੇ ਹਾਂ ਲੋਕਾਂ ਤੋਂ ਦੂਰੀ ਬਣਾ ਕੇ ਰੱਖ ਸਕਦੇ ਹਾਂ ਜੇਕਰ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਵੀ ਇਸ ਇਲਾਕੇ ਵਿੱਚ ਮਰੀਜ਼ ਆਇਆ ਤੁਸੀਂ ਉਹਨਾਂ ਤੋਂ ਦੂਰੀ ਬਣਾ ਕੇ ਰੱਖੋ ਕਿਉਂਕਿ ਲੋਕਾਂ 'ਚ ਅਕਸਰ ਇੱਕ ਜਾਗਰੂਕਤਾ ਬਣ ਜਾਂਦੀ ਹੈ ਕਿ ਵੀ ਹਾਂ ਲੋਦਰ ਲੋਕ ਆਏ ਸੀ ਅਸੀਂ ਬਚ ਕੇ ਰਹੀਏ ਪਰ ਕਈ ਲੋਕਾਂ ਚ ਕਿਉਰਿਓਸਿਟੀ ਬਣ ਜਾਂਦੀ ਆ ਵੀ ਹਾਂ ਉਸ ਇਲਾਕੇ ਚ ਕੋਈ ਮਰੀਜ਼ ਆਇਆ ਮੈਂ ਦੇਖ ਕੇ ਆਣਾ ਕੀ ਆ ਕੀ ਉਹਦੇ ਲੱਛਣ ਨੇ ਕਿਵੇਂ ਦੇ ਆ ਇਸੇ ਚੀਜ਼ੋ ਫੈਲ ਵੀ ਜਾਂਦਾ ਲੋਕ ਸਮਝਦਾਰ ਹੋ ਵੀ ਰਹੇ ਨੇ ਪਰ ਕੁਝ ਲੋਕ ਨੇ ਅਜੇ ਜੋ ਇਸ ਨੂੰ ਜਾਣ ਕੇ ਫਲਾ ਰਹੇ ਨੇ ਜਿਸ ਕਾਰਨ ਪ੍ਰਸ਼ਾਸਨ ਵੀ ਸਖਤ ਹੋ ਰਿਹਾ ਉਹਨਾਂ ਨੂੰ ਉਹਨਾਂ ਖਿਲਾਫ ਸਖਤੀ ਨਾਲ ਕਾਰਵਾਈ ਵੀ ਹੋ ਰਹੀ ਹੈ ਦੇਖਿਆ ਜਾਵੇ ਲੁਧਿਆਣਾ ਚ ਵੱਡੇ ਪੱਧਰ ਤੇ ਨਾਕੇ ਲੱਗ ਰਹੇ ਨੇ 65 ਬੰਦਿਆਂ ਨੂੰ ਕੱਲ ਉਹਨਾਂ ਨੂੰ ਪੁਲਿਸ ਨੇ ਜ਼ਬਤ ਕੀਤਾ ਉਹਨਾਂ ਖਿਲਾਫ ਧਾਰਾਂ ਲਗਾਈਆਂ ਗਈਆਂ ਨੇ ਕਿ ਵੀ ਜਾਣ ਬੁੱਝ ਕੇ ਇਹ ਸੜਕਾਂ ਤੇ ਘੁੰਮ ਰਹੇ ਨੇ ਇਹੀ ਜੋ ਲੋਕ ਨੇ ਇਹ ਅੱਗੇ ਤੋਂ ਕੇ کاری ਕਰਦੇ ਨੇ ਜੇ ਇਹੀ ਲੋਕ ਟੇਕੇ ਬਹਿ ਜਾਣ ਘਰੇ ਬਹਿ ਜਾਣ ਆਪਣੇ ਆਪ ਨੂੰ ਬੰਦ ਕਰ ਲੈਣ ਕੁਆਰੰਟਾਈਨ ਕਰ ਲੈਣ ਤਾਂ ਇਹ ਅੱਗੇ ਤੋਂ ਫਲਾ ਨਾ ਹੋਵੇ ਖਬਰਾਂ ਜਰੂਰ ਚੰਗੀਆਂ ਵੀ ਆ ਰਹੀਆਂ ਨੇ ਪਰ ਉਸ ਤੋਂ ਤੇਜ਼ੀ ਨਾਲ ਜੋ ਮਾਮਲੇ ਸਾਹਮਣੇ ਆ ਰਹੇ ਨੇ ਉਹ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਅਸੀਂ ਕਹਿੰਨੇ ਆ ਕਿ ਵੀ ਸਰਕਾਰ ਕੁਝ ਕਰੇ, ਪ੍ਰਸ਼ਾਸਨ ਕੁਝ ਕਰੇ। ਪ੍ਰਸ਼ਾਸਨ ਤਾਂ ਆਪਣੇ ਵੱਲੋਂ ਕੰਮ ਹੀ ਰਿਹਾ ਹੈ। ਉਹ ਰੋਕਥਾਮ ਲਈ ਆਪਣਾ ਜਿੰਨਾ ਹੋ ਸਕੇ ਕਰ ਰਿਹਾ ਹੈ ਪਰ ਲੋਕ ਆਪਣੀ ਹਜੇ ਜੋ ਵੀ ਆਪਣਾ ਕੰਮ ਨੇ ਉਹ ਚੰਗੀ ਤਰ੍ਹਾਂ ਨਹੀਂ ਕਰ ਰਹੇ। ਅੱਜ ਵੀ ਲੋਕ ਸੜਕਾਂ ਤੇ ਇਸ ਤਰ੍ਹਾਂ ਨਿਕਲਦੇ ਨੇ ਕਿ ਵੀ ਜਿਵੇਂ ਕਾਨੂੰਨ ਉਹਨਾਂ ਨੂੰ ਕੁਝ ਖਾਣ ਨੂੰ ਮਿਲਣਾ ਹੀ ਨਹੀਂ ਹੈ। ਇਹ ਬਹੁਤ ਵੱਡਾ ਡਰਾ ਬੈਕ ਹੈ ਕਿ ਸਾਡੇ ਲੋਕਾਂ ਦਾ ਅਸੀਂ ਪਿੱਛੇ ਪੜ ਜਾਂਦੇ ਆ ਕਿ ਵੀ ਸਰਕਾਰ ਦੀ ਅਸੀਂ ਸਹਾਇਤਾ ਨਹੀਂ ਕਰਦੇ ਸੀ ਕਿਸੇ ਚੀਜ਼ ਨੂੰ ਲੈ ਕੇ ਚੰਡੀਗੜ੍ਹ ਤੋਂ ਜੋ ਚੰਗੀ ਖਬਰਾਂ ਸਾਹਮਣੇ ਆਈਆਂ ਪੰਜ ਬੀਤੇ ਦਿਨਾਂ ਰਿਕਵਰ ਹੋਏ ਨੇ ਛੁੱਟੀ ਦਿੱਤੀ ਗਈ ਹੈ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਦੋ ਅੱਜ ਛੁੱਟੀ ਦੇ ਦਿੱਤੀ ਗਈ ਹੈ ਬਾਬਾ ਬਲਦੇਵ ਸਿੰਘ ਪਟਲਾਵਾ ਦੇ ਜੋ ਐਡਾ ਵੱਡਾ ਮਾਮਲਾ ਚਰਚਾ ਦਾ ਰਿਹਾ ਉਹਨਾਂ ਦੇ ਪੁੱਤਰ ਨੂੰ ਵੀ ਕਹਿ ਰਹੇ ਕਿ ਵੀ ਰਿਪੋਰਟ 네ਗੇਟਿਵ ਹੋ ਚੁੱਕੀ ਹੈ ਉਹਨਾਂ ਨੂੰ ਵੀ ਸਿਹਤਯਾਬ ਹੋ ਰਹੇ ਨੇ ਉਹਨਾਂ ਨੂੰ ਵੀ ਹਸਪਤਾਲ ਤੋਂ ਜਲਦੀ ਛੁੱਟੀ ਦੇ ਦਿੱਤੀ ਜਾਵੇਗੀ ਹਾਲਾਂਕਿ ਇਸ ਦਾ ਇਲਾਜ ਹੋ ਰਿਹਾ ਹੈ ਡਰਨ ਦੀ ਜ਼ਰੂਰਤ ਨਹੀਂ ਹੈ ਡਰ ਹੀ ਹੈ ਜੋ ਇਸ ਬਿਮਾਰੀ ਨੂੰ ਅੱਗੇ ਤੋਂ ਅੱਗੇ ਲੈ ਕੇ ਜਾ ਰਿਹਾ ਹੈ ਰਵਿੰਦਰ ਦੇਖਿਆ ਚ ਅਸਰ ਨੂੰ ਵੀ ਚਾਹੀਦਾ ਹੈ ਕਿ ਜਿੱਥੇ ਇੰਨੀ ਸਖਤੀ ਕੀਤੀ ਜਾ ਰਹੀ ਹੈ ਸ਼ਹਿਰਾਂ ਦੇ ਵਿੱਚ ਕਰਫਿਊ ਜਿਹੜਾ ਜਾਰੀ ਹੈ ਥਾਂ ਥਾਂ ਤੇ ਡਰੋਨਸ ਦੇ ਨਾਲ ਹੁਣ ਨਜ਼ਰ ਰੱਖ ਰਹੇ ਨੇ ਜਿਹੜੇ ਪਿੰਡ ਨੇ ਸੀਲ ਕੀਤੇ ਜਾ ਰਹੇ ਨੇ ਪਰ ਇੱਥੇ ਵੱਡੀ ਗੱਲ ਹੈ ਕਿ ਜਿਹੜੇ ਟਰੈਵਲ ਕਰਕੇ ਆ ਰਹੇ ਨੇ ਜੋ ਦਿੱਲੀ ਤੋਂ ਇੱਥੇ ਮਰਕਜ਼ ਤੋਂ ਹੋ ਕੇ ਜਿਹੜੇ ਵਾਪਸ ਪਹੁੰਚੇ ਨੇ ਜੇਕਰ ਉਹਨਾਂ ਨੂੰ ਸਮੇਂ ਸਿਰ ਰੋਕ ਲਿਆ ਜਾਂਦਾ ਜਾਂ ਸਮੇਂ ਸਿਰ ਉਹਨਾਂ ਦੀ ਜਾਂਚ ਹੁੰਦੀ ਤੇ ਜਿੰਨਾ ਅੱਜ ਵਧਾ ਵਧਿਆ ਹੈ ਪੰਜਾਬ ਦੇ ਵਿੱਚ ਹੋ ਸਕਦਾ ਸੀ ਕਿ ਇਹ ਇੰਨਾ ਨਾ ਵਧਦਾ ਬਿਲਕੁਲ ਮਨਪ੍ਰੀਤ ਇੱਕ ਮੈਂ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਗਾਣਾ ਸੀਗਾ ਇੱਕ ਸ਼ਖਸ ਨੇ ਗਾਇਆ ਹੋਇਆ ਸੀ ਗੀਤ ਉਹਦੇ ਵਿੱਚ ਕਹਿੰਦਾ ਉਹ ਗਾ ਰਿਹਾ ਸੀ ਕਿ ਕੱਲਾ ਬਲਦੇਵ ਹੀ ਇਸ ਬਿਮਾਰੀ ਨੂੰ ਲੈ ਕੇ ਨਹੀਂ ਅੱਗੇ ਆਇਆ ਕੁਝ ਕਿਤਨੇ ਕਿਤੇ ਪ੍ਰਸ਼ਾਸਨੀਆਂ ناکਾਮੀਆਂ ਰਹੀਆਂ ਨੇ ਜੇ ਸ਼ੁਰੂਆਤ ਵਿੱਚ ਰੋਕ ਸਕਦੇ ਸੀ ਕਿਉਂਕਿ ਉਹ ਜੇ ਇਟਲੀ ਤੋਂ ਆਏ ਨੇ 에어ਪੋਰਟ ਤੋਂ ਲੰਘ ਕੇ ਆਏ ਨੇ ਉਸੇ ਵੇਲੇ ਉਹਨਾਂ ਨੂੰ ਦੇਖ ਕੇ ਰੋਕ ਲਿਆ ਜਾਂਦਾ ਤਾਂ ਸ਼ਾਇਦ ਇਹ ਅੱਗੇ ਤੱਕ ਇਹਨਾਂ ਨਾ ਫੈਲਦਾ ਪਰ ਹੁਣ ਦੇ ਜੋ ਹਾਲਾਤ ਨੇ ਇਹ ਜੋ ਮਰਕਜ਼ ਦੇ ਲੋਕ ਆ ਰਹੇ ਨੇ ਜਮਾਦ ਦੇ ਲੋਕ ਆ ਰਹੇ ਨੇ ਇਹ ਬਹੁਤ ਵੱਡਾ ਇੱਕ ਕੁਐਸਚਨ ਮਾਰਕ ਹੈ ਕਿ ਵੀ ਇਹ ਇੱਥੇ ਤੱਕ ਪਹੁੰਚ ਕਿਵੇਂ ਰਹੇ ਨੇ ਜਦ ਕਿ ਸਰਕਾਰ ਨੂੰ ਪਤਾ ਲੱਗ ਗਿਆ ਦਿੱਲੀ ਵਿੱਚ ਏਡੀ ਵੱਡੀ ਜਮਾਤ ਇਕੱਠੀ ਹੋਈ ਹੈ ਹੁਣ ਉਹ ਲੋਕ ਅੱਗੇ ਟਰੈਵਲ ਕਰਨਗੇ ਉੱਥੋਂ ਨਿਕਲੇ ਨੇ ਤਾਂ ਉੱਥੋਂ ਜਮਾਦ ਵਿੱਚ ਉਹਨਾਂ ਦੇ ਨਾਮ ਲੈ ਕੇ ਉਹਨਾਂ ਨੂੰ ਪਹਿਲਾਂ ਜਲਦ ਤੋਂ ਜਲਦ ਰੋਕ ਕੇ ਉਹਨਾਂ ਦੇ ਕਾਰਵਾਈ ਕਰਕੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾਵੇ ਤਾਂ ਜੋ ਇਹ ਅੱਗੇ ਤੋਂ ਅੱਗੇ ਨਾ ਫੈਲੇ ਜੀ ਲੋਕ ਇਹ ਵੀ ਪੁੱਛ ਰਹੇ ਨੇ ਕਿ ਵੀ ਜੋ ਇਹ ਲੋਕਡਾਊਨ ਹੈ ਇਹ ਕਿੰਨੀ ਦੇਰ ਤੱਕ ਹੋ ਸਕਦਾ ਹੈ ਦੇਖੋ ਮੋਦੀ ਜੀ ਨੇ ਕੱਲ ਕਿਹਾ ਹੈ ਕਿ ਵੀ ਇਹ ਲੰਬੀ ਲੜਾਈ ਹੈ ਹੋ ਸਕਦਾ ਵੀ ਇਸ ਨੂੰ ਹੋਰ ਵਧਾਇਆ ਵੀ ਜਾ ਸਕੇ ਪਰ ਲੋਕਾਂ ਲੋਕ ਇਹ ਚਿੰਤਾ ਕਰ ਰਹੇ ਨੇ ਕਿ ਵੀ ਉਹਨਾਂ ਦੇ ਕਾਰੋਬਾਰ ਖਤਮ ਹੋ ਰਹੇ ਨੇ ਬੰਦ ਹੋ ਰਹੇ ਨੇ ਘਰ ਵਿੱਚ ਪੈਸੇ ਦੀ ਕਮੀ ਆ ਰਹੀ ਹੈ ਰਾਸ਼ਨ ਦੀ ਕਮੀ ਨਹੀਂ ਆ ਰਹੀ ਇਹ ਬਿਲਕੁਲ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਪਰ ਇਸ ਦਾ ਹੱਲ ਕੱਢਣਾ ਵੀ ਉਹਨਾਂ ਲਈ ਜ਼ਰੂਰੀ ਹੈ ਪ੍ਰਸ਼ਾਸਨ ਹਾਲਾਂਕਿ ਲੋਕਾਂ ਤੱਕ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਦਵਾਈਆਂ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀਆਂ ਨੇ ਪਰ ਲੋਕਾਂ ਵਿੱਚ ਕੁਝ ਡਰ ਦਾ ਮਾਹੌਲ ਲਗਾਤਾਰ ਵਧਦਾ ਜਾ ਰਿਹਾ ਹੈ ਜਿਵੇਂ ਜਿਵੇਂ ਮਾਮਲੇ ਸਾਹਮਣੇ ਆ ਰਹੇ ਨੇ ਲੋਕ ਡਰਦੇ ਜਾ ਰਹੇ ਨੇ ਬਿਲਕੁਲ ਲੋਕਾਂ ਨੂੰ ਵੈਸੇ ਕਰਫਿਊ ਦੇ ਵਿੱਚ ਸਰਕਾਰ ਦਾ ਵੀ ਇਹੀ ਦਾਵਾ ਹੈ ਪ੍ਰਸ਼ਾਸਨ ਦਾ ਦਾਵਾ ਹੈ ਕਿ ਲੋਕ ਜੋ ਕਰਫਿਊ ਦੀ ਪਾਲਣਾ ਕਰ ਰਹੇ ਨੇ ਹਦਾਇਤਾਂ ਦਾ ਪਾਲਨ ਕਰ ਰਹੇ ਨੇ ਉਹਨਾਂ ਤੱਕ ਸਹੂਲਤਾਂ ਜਿਹੜੀਆਂ ਨੇ ਉਹ ਜ਼ਰੂਰ ਪਹੁੰਚਣ ਗਿਆ ਸਿਰਫ ਜਿਹੜੇ ਸਮਾਜ ਸੇਵੀ ਉਹੀ ਨਹੀਂ ਬਲਕਿ ਪ੍ਰਸ਼ਾਸਨ ਖੁਦ ਪੁਲਿਸ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਅਧਿਕਾਰੀ ਨੇ ਉਹ ਵੀ ਲੋਕਾਂ ਤੱਕ ਜਿਹੜੇ ਜ਼ਰੂਰਤ ਦਾ ਸਾਮਾਨ ਪਵਾ ਰਹੇ ਨੇ ਕਈ ਹਸਤੀਆਂ ਨੇ ਜਿਹ ਮਸ਼ਹੂਰ ਹਸਤੀਆਂ ਨੇ ਪ੍ਰਸਿੱਧ ਹਸਤੀਆਂ ਨੇ ਉਹ ਲੋਕਾਂ ਤੱਕ ਪਹੁੰਚ ਕਰੀਆਂ ਨੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਹੁਣ ਕੈ ਵੀ ਜਿਹੜੇ ਨੇ ਉਹ ਵੀ ਆਪਣੇ ਪੱਧਰ ਤੇ ਕੋਸ਼ਿਸ਼ ਕਰ ਰਹੇ ਨੇ ਕਿ ਜਿੰਨੇ ਲੋਕਾਂ ਤੱਕ ਹੋ ਸਕੇ ਮਦਦ ਪਹੁੰਚਾਈ ਜਾ ਸਕੇ ਸੋ ਜਿਸ ਤਰ੍ਹਾਂ ਦੇ ਨਾਲ ਸਰਕਾਰਾਂ ਸਹੂਲਤ ਦੇ ਰਹੀਆਂ ਨੇ ਜਿਸ ਤਰ੍ਹਾਂ ਦੇ ਨਾਲ ਲੋਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਕੋਈ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਏ ਸੋ ਲੋਕਾਂ ਨੂੰ ਵੀ ਜ਼ਰੂਰਤ ਹੈ ਕਿ ਸਰਕਾਰ ਦਾ ਸਾਥ ਦੇਣ ਸੋ ਹੁਣ ਤੱਕ ਮਾਮਲੇ ਜਿਹੜੇ ਨੇ 90 ਤੱਕ ਪਹੁੰਚ ਚੁੱਕੇ ਨੇ ਕਿਉਂਕਿ 89 ਮਾਮਲੇ ਜਿਹੜੇ ਨੇ ਅੱਜ ਜੇ ਆਪਾਂ ਤਾਜ਼ਾ ਗੱਲ ਕਰੀਏ ਤੇ 99 ਮਾਮਲੇ ਸਾਹਮਣੇ ਆ ਚੁੱਕੇ ਨੇ 8 ਮਾਤਾ ਪੰਜਾਬ ਦੇ ਵਿੱਚ ਹੁਣ ਤੱਕ ਹੋ ਚੁੱਕੀਆਂ ਨੇ ਪਰ ਇਸ ਨੂੰ ਹਲੇ ਵੀ ਰੋਕਿਆ ਜਾ ਸਕਦਾ ਹੈ ਸਮਾਂ ਰਹਿੰਦਿਆਂ ਇਸ ਚੀਜ਼ ਨੂੰ ਖਤਮ ਕੀਤਾ ਜਾ ਸਕਦਾ ਜੇਕਰ ਲੋਕ ਸਹਿਯੋਗ ਦੇਣ ਸਮਝਣ ਜਿਸ ਤਰ੍ਹਾਂ ਦੇ ਨਾਲ ਸਾਵਧਾਨੀ ਵਰਤਣ ਲਈ ਕਿਹਾ ਜਾਂਦਾ ਹੈ ਲੋਕਾਂ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਸਭ ਤੋਂ ਜ਼ਰੂਰੀ ਹੈ ਰਾਸ਼ਨ ਲੈਣ ਲੱਗਿਆਂ ਦੇਖਿਆ ਜਾਂਦਾ ਕਈ ਥਾਵਾਂ ਤੇ ਰਾਸ਼ ਲੱਗ ਜਾਂਦਾ ਹੈ ਲੋਕ ਜਿਹੜੇ ਨੇ ਉਹਨਾਂ ਨੂੰ ਖੁਦ ਇhtਿਆਤ ਵਰਤਣਾ ਹੋਈਗਾ ਕਿਉਂਕਿ ਤੁਹਾਨੂੰ ਨਹੀਂ ਪਤਾ ਭੀੜ ਦੇ ਵਿੱਚ ਕਿਸ ਨੂੰ ਕੋਰੋਨਾ ਵਾਇਰਸ ਹੈ ਕਿਸ ਨੂੰ ਨਹੀਂ ਹੈ ਇਹ ਤਾਂ ਤੁਹਾਡੇ ਆਪਣੇ ਹੱਥ ਵਿੱਚ ਹੈ ਸਾਵਧਾਨੀ ਤੁਹਾਨੂੰ ਹੀ ਵਰਤਣੀ ਪਵੇਗੀ ਮੈਂ ਤਾਂ ਇਥੇ ਵਿੱਚ ਰੋਪਿਆ ਕੁਝ ਲੋਕਾਂ ਦੇ ਸਵਾਲ ਵੀ ਆ ਰਹੇ ਨੇ ਸਾਨੂੰ ਨਾਲ-ਨਾਲ ਕਿ ਵੀ ਮੋਗਾ ਦੇ ਵਿੱਚ ਕਿਹੜੀ ਜਗ੍ਹਾ ਤੇ ਹੈ ਕਿਉਂਕਿ ਲੋਕਾਂ ਤੱਕ ਜਿੰਨੀ ਜਾਣਕਾਰੀ ਪਹੁੰਚੇ ਲੋਕ ਓਨਾ ਜ਼ਿਆਦਾ ਉਸ ਤੋਂ ਆਪਣੇ ਆਪ ਨੂੰ ਬਚਾ ਸਕਦੇ ਨੇ ਸਾਨੂੰ ਜੋ ਜਾਣਕਾਰੀ ਮਿਲੀ ਹੈ ਮੁੱਢਲੀ ਜਾਣਕਾਰੀ ਮਿਲੀ ਹੈ ਮੋਗਾ ਦੇ ਬਾਗਾ ਪੁਰਾਣਾ ਕਸਬਾ ਦੇ ਲਾਗੇ ਪਿੰਡ ਚੀਦਾ ਚੀਦਾ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਜਮਾਤੀ ਉੱਥੇ ਗਿਆ ਸੀ ਤੇ ਉੱਥੋਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਉਹ ਅੱਗੇ કુલ 13 ਲੋਕਾਂ ਨੂੰ ਹੋਰ ਮਿਲਿਆ ਸੀ ਜੋ ਉਸ ਦੇ ਨਾਲ ਸਾਥੀ ਸਨ 13 ਲੋਕ ਹੋ ਸਨ ਹਾਲਾਂਕਿ ਉਹਨਾਂ ਦੀ ਰਿਪੋਰਟ ਕੋਈ ਨਤੀਜਾ ਨਹੀਂ ਸਾਹਮਣੇ ਆਇਆ ਅਸੀਂ ਇਹੀ ਚਾਹੁੰਦੇ ਹਾਂ ਕਿ ਨੈਗੇਟਿਵ ਹੀ ਆਵੇ ਕਿਉਂਕਿ ਪੋਜ਼ਿਟਿਵ ਇੱਕ ਬਹੁਤ ਵੱਡਾ ਖਤਰਾ ਦਾ ਸਾਇਬ ਬਣ ਜਾਂਦਾ ਹੈ ਨੈਗੇਟਿਵ ਹੀ ਆਵੇ ਪਰ ਚੀਦਾ ਬਿੰਡਾ ਜੋ ਮੋਗਾ ਦੇ ਉਥੋਂ ਦੀ ਇਹ ਖਬਰ ਹੈ ਲੋਕਾਂ ਦਾ ਜਾਗਰੂਕ ਹੋਣਾ ਇਸ ਲਈ ਵੀ ਜ਼ਰੂਰੀ ਹੈ ਕਿ ਲੋਕ ਉਸ ਏਰੀਆ ਤੋਂ ਆਪਣੇ ਆਪ ਨੂੰ ਪਿੱਛੇ ਖਿੱਚ ਲੈਣ ਇਸੇ ਨਾਲ ਉਹ ਜਿਹੜਾ ਫੈਲਣ ਵਾਲਾ ਕੰਮ ਆ ਉਹ ਰੁਕ ਜਾਏਗਾ ਉੱਥੋਂ ਜਾ ਕੇ ਬਿਲਕੁਲ ਇਸੇ ਤਰ੍ਹਾਂ ਜੇ ਅਪ ਡੇਰਾ ਬਸੇ ਦੀ ਗੱਲ ਕਰੀਏ ਤਾਂ ਸੱਤ ਜਿਹੜੇ ਲੋਕ ਹੁਣ ਪੋਜ਼ਿਟਿਵ ਆਏ ਨੇ ਸੱਤ ਨਵੇਂ ਮਾਮਲੇ ਸਾਹਮਣੇ लोग आए ने सो ਉਹਨਾਂ ਨੂੰ ਵੀ ਪਤਾ ਹੋਏਗਾ ਜੇ ਹੋ ਸਕੇ ਤਾਂ ਲੋਕ ਜਿਹੜੇ ਨੇ ਖੋਦੀ ਅੱਗੇ ਆਉਣ ਤੇ ਜਿਨ੍ਹਾਂ ਨੂੰ ਪਤਾ ਹੈ ਕਿ ਹਾਂ ਕਰੋਨਾ ਪੋਜ਼ਿਟਿਵ ਪਾਏ ਗਏ ਨੇ ਤੇ ਉਹਨਾਂ ਦੇ ਸੰਪਰਕ ਵਿੱਚ ਰਹੇ ਨੇ ਤਾਂ ਉਹ ਜ਼ਰੂਰ ਇੱਕ ਵਾਰੀ ਆਪਣੀ ਜਾਂਚ ਕਰਾਉਣ ਕਿਉਂਕਿ ਜੇਕਰ ਉਸ ਸਮੇਂ ਰੰਦੇ ਜਾਂਚ ਕਰਵਾਉਣਗੇ ਤੇ ਅਗੋਂ ਉਹਨਾਂ ਨੇ ਜਿਨ੍ਹਾਂ ਨੂੰ ਮਿਲਣਾ ਹੈ ਉਹਨਾਂ ਨੇ ਜਿਨ੍ਹਾਂ ਦੇ ਸੰਪਰਕ ਵਿੱਚ ਆਣਾ ਹੋ ਸਕਦਾ ਹੈ ਕਿ ਉਹ ਬਚ ਜਾਣ ਇਹ ਆਂਕੜਾ ਜਿਹੜਾ ਆ ਲਗਾਤਾਰ ਵੱਧ ਰਿਹਾ ਹੈ ਤੇ ਬਹੁਤ ਤੇਜ਼ੀ ਨਾਲ ਵੱਧ ਰਿਹਾ ਹੈ ਨਾ ਇਹਨੂੰ ਰੋਕਿਆ ਜਾ ਸਕਦਾ ਜੇਕਰ ਲੋਕ ਪੂਰੀ ਤਰ੍ਹਾਂ ਦੇ ਨਾਲ ਸਹਿਯੋਗ ਦੇਣ ਉਹ ਮੰਨਦੇ ਇੱਕ ਹੋ ਚੰਗੀ ਖਬਰ ਹੈ ਮਾਨਸਾ ਹਾਲਾਂਕਿ ਉਥੇ ਦੋ ਪੋਜ਼ਿਟਿਵ ਮਾਮਲੇ ਸਾਹਮਣੇ ਆਏ ਨੇ ਹੋਰ ਲੋਕਾਂ ਦੇ ਟੈਸਟ ਹੋਏ ਸੀ ਉਹਦੇ ਵਿੱਚ 20 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਇਹ ਵੀ ਉਹ ਲੋਕ ਨੇ ਜਿਨ੍ਹਾਂ ਦੇ ਉਹਨਾਂ ਦੇ ਸੰਪਰਕ ਵਿੱਚ ਆਏ ਸੀ ਜੋ ਜਮਾਤੀ ਸਨ ਉਹਨਾਂ ਦੇ ਸੰਪਰਕ ਵਿੱਚ ਸਨ ਹਾਲਾਂਕਿ ਦੋ ਦੀ ਰਿਪੋਰਟ ਜ਼ਰੂਰ ਪੋਜ਼ਿਟਿਵ ਹੈ ਪਰ 20 ਲੋਕਾਂ ਦੀ ਜੋ ਨੈਗੇਟਿਵ ਰਿਪੋਰਟ ਆਈ ਹੈ ਇਹ ਬਹੁਤ ਵੱਡਾ ਇੱਕ ਸਕੂਨ ਦੇ ਪਾਲਣੇ ਲੋਕ ਚੈਨਲ ਸਾਹ ਲੈ ਸਕਦੇ ਨੇ ਕਿ ਵੀ ਹਾਂਜੀ ਇਹ ਅੱਗੇ ਤੋਂ ਨਹੀਂ ਪਰ ਲੋਕਾਂ ਨੂੰ ਇਹ ਕਿ ਮਾਨਸਾ ਦੇ ਜਿਹੜੇ ਲੋਕ ਨੇ ਹੁਣ ਸੁਚੇਤ ਹੋ ਜਾਣ ਕਿਉਂਕਿ ਉੱਥੇ ਦੋ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਨੇ ਰੂਪਨਗਰ ਤੋਂ ਦੋ ਮਾਮਲੇ ਸਾਹਮਣੇ ਆਏ ਨੇ ਖਮਾਣੋ ਤੋਂ ਸਾਹਮਣੇ ਆਏ ਨੇ ਅ ਲੋਕ ਇਹਨਾਂ ਚੀਜ਼ਾਂ ਤੋਂ ਸੁਚੇਤ ਹੋਣ ਕਿ ਵੀ ਆਪਣੇ ਆਪ ਨੂੰ ਪੈਰ ਪਿੱਛੇ ਖਿੱਚਣ ਲੋਕਾਂ ਤੱਕ ਨਾ ਜਾਣ ਜਿੰਨਾ ਉਹ ਆਪਣੇ ਆਪ ਨੂੰ ਪਿੱਛੇ ਰੱਖਣਗੇ ਉਹਨਾਂ ਆਪਾਂ ਸੇਫ ਰਵਾਂਗੇ ਤੇ ਇੱਕ ਗੱਲ ਦੁਬਾਰਾ ਦੱਸ ਦਈਏ ਕਿ ਵੀ ਇਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਡਰ ਸਾਡਾ ਫਲਾਣਾ ਕੋਈ ਮਕਸਦ ਨਹੀਂ ਹੈ ਅਸੀਂ ਸਿਰਫ ਲੋਕਾਂ ਤੱਕ ਆਪਾਂ ਜਾਣਕਾਰੀ ਲੈ ਕੇ ਜਾ ਰਹੇ ਹਾਂ ਕਿ ਵੀ ਜੋ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਡਰਾਂਗੇ ਤਾਂ ਉਹਨਾਂ ਹੀ ਇਹ ਮਾਮਲਾ ਕੇ ਵੱਧਾ ਹੈ ਡਰਾਂਗੇ ਨਹੀਂ ਇਹਨਾਂ ਲੜਾਂਗੇ ਲੜਨਾ ਕਿਵੇਂ ਆਪਣੇ ਆਪ ਨੂੰ ਕਵਰ ਰੱਖਣਾ ਆਪਣੇ ਹੱਥ ਸਾਫ਼ ਕਰਨੇ ਨੇ ਆਪਣੇ ਆਪ ਨੂੰ ਜਿੰਨਾ ਹੋ ਸਕੇ ਸੁਰੱਖਿਅਤ ਰੱਖਿਆ ਜਾਵੇ ਘਰ 'ਚ ਰੱਖਿਆ ਜਾਵੇ ਬਾਹਰ ਨਾ ਜਾਇਆ ਜਾਵੇ ਪ੍ਰਸ਼ਾਸਨ ਕੋਲ ਤੁਹਾਨੂੰ ਕੋਈ ਚੀਜ਼ ਚਾਹੀਦੀ ਹੈ ਪ੍ਰਸ਼ਾਸਨ ਆਪਣੇ ਨੁਮਾਇੰਦੇ ਤੁਹਾਡੇ ਕੋਲੇ ਭੇਜਦਾ ਉਹਨਾਂ ਨੇ ਨੰਬਰ ਜਾਰੀ ਕੀਤੇ ਹੋਏ ਨੇ ਤੁਹਾਨੂੰ ਕਿਸੇ ਚੀਜ਼ ਦੀ ਦਿੱਕਤ ਆ ਰਹੀ ਹੈ ਤੁਸੀਂ ਉਹਨਾਂ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤਾਂ ਕਿ ਤੁਹਾਡੇ ਕੋਲੇ ਸਮਾਨ ਪਹੁੰਚਦਾ ਹੋ ਜਾਏ ਤੁਸੀਂ ਬਾਹਰ ਨਾ ਨਿਕਲੋ ਬਾਹਰ ਨਹੀਂ ਨਿਕਲੋਗੇ ਉਹਨਾਂ ਇਹ ਜਲਦੀ ਖਤਮ ਹੋਏਗਾ ਲੋਕਡਾਊਨ ਉਹਨਾਂ ਜਲਦੀ ਖਤਮ ਹੋਏਗਾ ਕਾਰੋਬਾਰ ਉਹਨਾਂ ਜਲਦੀ ਸ਼ੁਰੂ ਹੋਣਗੇ ਪਰ ਇਹ ਲੋਕਾਂ ਨੂੰ ਸਮਝਣ ਦੀ ਜ਼ਰੂਰਤ ਹੈ ਪ੍ਰਸ਼ਾਸਨ ਦਾ ਕੰਮ ਕਿਤੇ ਨਾ ਕਿਤੇ ਕਰ ਹੀ ਰਿਹਾ ਹੈ ਪਰ ਲੋਕਾਂ ਨੂੰ ਜ਼ਿਆਦਾ ਇਤਿਹਾਤ ਵਰਤਣ ਦੀ ਜ਼ਰੂਰੀ ਹੈ ਇਸ ਵਿੱਚ ਬਿਲਕੁਲ ਜਿਹੜੇ ਇਲਾਕਿਆਂ ਦੇ ਵਿੱਚ ਖਾਸ ਕਰਕੇ ਕੋਰੋਨਾ ਪੋਜ਼ਿਟਿਵ ਕੇਸ ਪਾਏ ਗਏ ਨੇ ਖਾਸ ਕਰ ਉਹਨਾਂ ਲੋਕਾਂ ਨੂੰ احتਿਆਤ ਵਰਤਣ ਦੀ ਲੋੜ ਹੈ ਕਿ ਉਹ ਖੁਦ ਹੀ ਜਿਹੜਾ ਆ ਆਪਣੇ ਆਪ ਦੂਰੀ ਬਣਾ ਕੇ ਰੱਖਣ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਕਿਉਂਕਿ ਬਾਹਰ ਕਿਹਦੇ ਨਾਲ ਸੰਪਰਕ ਹੋਏਗਾ ਕਿਹਦੇ ਨਾਲ ਮਿਲਣਗੇ ਜਾਂ ਕਿਸ ਜ਼ਰੀਏ ਉਹਨਾਂ ਦਾ ਕੋਰੋਨਾ ਪਹੁੰਚ ਸਕਦਾ ਹੈ ਸ਼ਾਇਦ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਹੋਏਗਾ ਸੋ ਜਿੱਥੇ-ਜਿੱਥੇ ਵੀ ਕੇਸੇ ਸਾਹਮਣੇ ਆਉਂਦੇ ਨੇ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਤਸੀਲ ਕੀਤਾ ਜਾਂਦਾ ਇਲਾਕਿਆਂ ਨੂੰ ਪਰ ਲੋਕ ਜਿੱਥੇ ਅਵੇਅਰ ਨਹੀਂ ਲੋਕਾਂ ਨੂੰ ਪਤਾ ਹੀ ਕਿ ਉਹਨਾਂ ਦੇ ਇਲਾਕਿਆਂ ਵਿੱਚ ਇੱਥੇ ਇਦਾਂ ਦੀ ਪੋਜ਼ਿਟਿਵਿਟੀ ਪਾਈ ਗਈ ਹੈ ਕਰੋਨਾ ਪੀੜਿਤ ਮਰੀਜ਼ ਉੱਥੇ ਪਾਏ ਗਏ ਨੇ ਉੱਥੇ ਲੋਕ ਜ਼ਰੂਰ احتیاط ਵਰਤਣ ਘਰਾਂ ਦੇ ਅੰਦਰ ਰਹਿਣ ਦੂਜੇ ਲੋਕਾਂ ਨਾਲ ਸੰਪਰਕ ਨਾ ਕੀਤਾ ਜਾਏ ਕਿਉਂਕਿ ਜੇਕਰ ਤੁਹਾਨੂੰ ਵੀ ਹੈ ਤਾਂ ਤੁਹਾਡੇ ਤੋਂ ਕਿਸੇ ਹੋਰ ਨੂੰ ਵੀ ਹੋ ਸਕਦਾ ਹੈ ਸੋ ਇਸ ਲਈ ਸੁਰੱਖਿਆ ਜਿਹੜੀ ਹੈ ਤੁਹਾਡੀ ਵੀ ਤੁਹਾਡੇ ਆਪਣੇ ਹੱਥ ਹੈ ਤੇ ਦੂਜਿਆਂ ਦੀ ਵੀ ਤੁਹਾਡੇ ਹੀ ਹੱਥ ਵਿੱਚ ਹੈ ਸੋ ਅਸੀਂ ਵੀ ਲੋਕ ਹੋ ਸਕੇ ਸਰਕਾਰ ਦਾ ਪ੍ਰਸ਼ਾਸਨ ਦਾ ਜਿਹੜਾ ਸਾਥ ਦੇਣ ਤੇ ਨਾਲ ਹੀ ਇਹ ਵੀ ਅਪੀਲ ਕਰਾਂਗੇ ਕਿ ਜਿਹੜਾ ਸਾਥ ਸਿਰਫ ਕਰਫਿਊ ਨੂੰ ਪਾਲਣਾ ਕਰਕੇ ਜਾਂ ਹਦਾਇਤਾਂ ਦਾ ਪਾਲਣ ਕਰਕੇ ਨਹੀਂ ਬਲਕਿ ਸਾਮਨੇ ਆਨ ਖੁੱਲ ਕੇ ਜੇਕਰ ਉਹਨਾਂ ਨੂੰ ਵੀ ਕੋਈ ਪਤਾ ਲੱਗਦਾ ਹੈ ਜਿੱਥੇ ਵੀ ਲੱਛਣ ਪਾਏ ਜਾਂਦੇ ਨੇ ਸਿਹਤ ਵਿਭਾਗ ਨੂੰ ਜ਼ਰੂਰ ਸੂਚਿਤ ਕੀਤਾ ਜਾਏ ਕਿਉਂਕਿ ਸਮੇਂ ਰਹਿੰਦਿਆਂ ਜੇਕਰ ਇਸ ਨੂੰ ਰੋਕ ਲਿਆ ਗਿਆ ਤਾਂ ਜਿਹੜਾ ਵੱਡਾ ਵਦਾ ਹੋ ਰਿਹਾ ਹੈ ਇਹਨੂੰ ਘਟਾਇਆ ਜਾ ਸਕਦਾ ਅੰਕੜੇ ਜਿਹੜੇ ਹੱਲੇ ਵਧ ਰਹੇ ਨੇ ਬਹੁਤ ਵਧ ਰਹੇ ਨੇ ਪਰ ਇਹਨੂੰ ਰੋਕਿਆ ਜਾ ਸਕਦਾ ਜੇਕਰ ਪੂਰੀ ਤਰ੍ਹਾਂ ਦੇ ਨਾਲ ਸਹਿਯੋਗ ਦਿੱਤਾ ਜਾਏ ਅ ਮਨਪ੍ਰੀਤ ਤੇ ਕੋ ਹੋਰ ਇੱਕ ਖਬਰ ਦੱਸਦੀ ਹੈ ਕਿ ਵੀ ਜੋ ਮਹਾਲੀ ਤੋਂ ਰਿਪੋਰਟਾਂ ਨੈਗੇਟਿਵ ਆਈਆਂ ਸਨ ਉਹ ਲੋਕ ਜੋ ਆਪਣੇ ਘਰਵਾਲੇ ਨੂੰ ਜਾ ਰਹੇ ਨੇ ਹੁਣ लोग उन्हें जो अपना रहे हैं क्योंकि उनका डर खत्म हो रहा है कि हां रिपोर्ट नेगेटिव हो चुकी है ए चीज खत्म हो रही है उस इलाके ਦੇ ਵਿੱਚ ਖਤਮ ਹੋ ਰਹੀ ਹੈ ਪਰ ਜ਼ਰੂਰ ਹੈ ਕਿ ਵੀ ਰਿਪੋਰਟ ਨੈਗੇਟਿਵ ਆਈ ਹੈ ਪਰ ਲੋਕਾਂ ਨੂੰ ਇਤਿਹਤ ਵਰਤਣੀ ਹਾਲੇ ਵੀ ਜ਼ਰੂਰੀ ਹੈ ਲੋਕ ਉਹਨਾਂ ਤੋਂ ਹਾਲੇ ਵੀ ਥੋੜਾ ਜਿਹਾ ਦੂਰੀ ਬਣਾ ਕੇ ਰੱਖਣ ਕਿਉਂਕਿ ਅਕਸਰ ਪੰਜਾਬੀਆਂ ਚ ਕੀ ਹੁੰਦਾ ਹੈ ਕਿ ਵੀ ਜੇ ਕੋਈ ਸਿਹਤਯਾਬ ਹੁੰਦਾ ਬੰਦਾ ਤਾਂ ਜਲਦ ਉਹਨਾਂ ਨੂੰ ਮਿਲਣ ਪਹੁੰਚ ਜਾਂਦੇ ਨੇ ਕਿ ਵੀ ਹਾਂ ਅਸੀਂ ਉਹਨਾਂ ਦਾ ਹਾਲਚਲ ਪੁੱਛ ਕੇ ਆਈਏ ਹਾਲਾਂਕਿ ਉਹ ਜ਼ਰੂਰ ਠੀਕ ਹੋ ਗਏ ਨੇ ਪਰ ਇਹ ਨਹੀਂ ਪਤਾ ਕਿ ਵੀ ਅਗਲੇ ਬੰਦੇ ਦੀ ਜਾਂ ਸਾਡੀ ਇਮਿਊਨਿਟੀ ਉਹ ਨਹੀਂ ਕੋਈ ਨਹੀਂ ਅਸੀਂ ਹਲਕਾ ਜਿਹਾ ਵਾਇਰਲ ਵੀ ਇਸ ਚੀਜ਼ ਨੂੰ ਜ਼ਿਆਦਾ ਅੱਗ ਦੇ ਸਕਦਾ ਅੱਗ ਵਿੱਚ ਤੇਲ ਵਾਲਾ ਕੰਮ ਹੋਏ ਦਾ ਅੱਗ ਵਿੱਚ ਉਹ ਕੰਮ ਹੋ ਜਾਂਦਾ ਹੈ ਇਸ ਲਈ ਉਹ ਤੋਂ ਵੀ ਦੂਰੀ ਬਣਾ ਕੇ ਰੱਖਣੀ ਬਹੁਤ ਜ਼ਰੂਰੀ ਹੈ ਬਿਲਕੁਲ ਅਸੀਂ احتیاط دی ہی ਗੱਲ ਕਰ ਰਿਹਾ ਹੈ احتیاط ਸਿਰਫ ਇਹ ਨਹੀਂ ਹੈ ਕਿ ਜਿਸ ਸਮੇਂ ਕਰੋਨਾ ਪੀੜਿਤ ਤੁਹਾਡੇ ਆਸ-ਪਾਸੇ ਨੇ ਉਸ ਸਮੇਂ ਹੀ احتیاط احتیاط ਹਰ ਸਮੇਂ ਲਈ ਜ਼ਰੂਰੀ ਹੈ ਹਰ ਸਮੇਂ ਤੁਸੀਂ ਜਿਹੜੀ ਸਾਵਧਾਨੀ ਵਰਤੋ ਜਿਸ ਤਰ੍ਹਾਂ ਦੇ ਨਾਲ ਜੋ ਹਦਾਇਤਾਂ ਦਿੱਤੀਆਂ ਗਈਆਂ ਨੇ ਮਾਸਕ ਪਾ ਕੇ ਰੱਖੋ ਹੱਥਾਂ ਨੂੰ ਸੈਨੀਟਾਈਜ਼ ਕਰਦੇ ਰਹੋ ਸੈਨੀਟਾਈਜ਼ ਨਹੀਂ ਕਰ ਸਕਦੇ ਤਾਂ ਸਾਬਣ ਦੇ ਨਾਲ ਜ਼ਰੂਰ ਤੋਂ ਉਹ ਬਾਹਰ ਕੋਈ ਵੀ ਚੀਜ਼ ਲੈਂਦੇ ਹੋ ਤਾਂ ਜ਼ਰੂਰ ਉਸ ਨੂੰ ਹੀ ਕਰੀ ਸਾਫ਼ ਕਰੋ ਤੋਂ ਬਾਅਦ ਹੀ ਉਸ ਨੂੰ ਵਰਤੋ ਸੋ ਜਿੰਨਾ ਹੋ ਸਕੇ ਘਰਾਂ ਦੇ ਅੰਦਰ ਹੀ ਰਹੋ ਜਿੰਨਾ ਬਾਹਰ ਜਾਓਗੇ ਉਨਾ ਹੀ ਹੈ ਮਹਾਮਾਰੀ ਜਿਹੜੀ ਹੈ ਉਸ ਸੰਪਰਕ ਵਿੱਚ ਆਉਂਦੀਆਂ ਉਹਨੇ ਲੋਕ ਸੰਪਰਕ ਵਿੱਚ ਆਉਂਦੇ ਨੇ ਤੇ ਉਨਾ ਹੀ ਵਧਦਾ ਜਿਹੜਾ ਵਧਦਾ ਹੈ ਹੁਣ ਪੰਜਾਬ ਦੇ ਵਿੱਚ ਜੋ ਹਾਲਾਤ ਬਣ ਰਹੇ ਨੇ ਇਹਨਾਂ ਨੂੰ ਕਾਬੂ ਪਾਉਣ ਦੇ ਵਿੱਚ ਲੋਕਾਂ ਦੇ ਸਹਿਯੋਗ ਦੀ ਬੇਹਦ ਜ਼ਿਆਦਾ ਜ਼ਰੂਰਤ ਹੈ ਸਿਰਫ ਸਰਕਾਰੀ ਪ੍ਰਸ਼ਾਸਨ ਨਹੀਂ ਲੋਕ ਜਿਹੜੀ ਹੈ ਜਨਤਾ ਜਿਹੜੀ ਹੈ ਉਨ੍ਹਾਂ ਦੀ ਇੱਕ ਜੁਟਤਾ ਜਿਹੜੀ ਹੈ ਉਹੀ ਇਸ ਜਿਹੜੀ ਮਹਾਮਾਰੀ ਤੋਂ ਹੈ ਹੁਣ ਬਚਾ ਸਕਦੀ ਹੈ ਮਾਪੇ ਜਾਣ ਤੋਂ ਪਹਿਲਾਂ ਕੁਰੇ ਸਾਬਨੇ ਦਰਸ਼ਕਾਂ ਨੂੰ ਕੋਈ ਦੁਆਰਾ ਜਾਣਕਾਰੀ ਦੇ ਦਿੰਨੇ ਹੈ ਕਿ ਵੀ ਅੱਜ ਮੁਹਾਲੀ ਦੇ ਵਿੱਚ 7 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਨੇ ਮਾਨਸਾ ਵਿੱਚ 2 ਮਾਮਲੇ ਸਾਹਮਣੇ ਆਏ ਨੇ ਮੋਗਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਅੱਜ ਆਜ ਦੇ ਦਿਨ ਵਿੱਚ ਹੁਣ ਤੱਕ 10 ਮਾਮਲੇ ਪੰਜਾਬ ਵਿੱਚ ਸਾਹਮਣੇ ਆ ਚੁੱਕੇ ਨੇ 90 ਦੇ ਕਰੀਬੇ ਮਾਮਲੇ ਪਹੁੰਚ ਚੁੱਕਿਆ ਪੰਜਾਬ ਦੇ ਹਾਲਾਤ ਜ਼ਿਆਦਾਤਰ ਵਿਗੜਦੇ ਜਾ ਰਹੇ ਨੇ ਇਸ ਲਈ ਹੁਣ ਇਤਿਹਾਸ ਵਰਤਨ ਦਾ ਸਮਾਂ ਬਹੁਤ ਜ਼ਿਆਦਾ ਹੋ ਗਿਆ ਹੈ ਜੀ ਬਿਲਕੁਲ ਸੋ ਬਿਲਕੁਲ ਅਸੀਂ ਇਹੀ ਕਵਾਂਗੇ ਕਿ ਲੋਕ ਜਿਹੜੇ ਨੇ ਸਾਵਧਾਨੀ ਵਰਤਣ احتیاط ਵਰਤਣ ਤੇ ਆਪਣੇ ਆਪ ਨੂੰ ਵੀ ਸੁਰੱਖਿਅਤ ਰੱਖਣ ਤੇ ਦੂਜਿਆਂ ਨੂੰ ਵੀ ਸੁਰੱਖਿਅਤ ਰਹਿਣ ਦੇ ਵਿੱਚ ਮਦਦ ਕਰਨ ਧੰਨਵਾਦ